ਹੈਲੋ, ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ ਦੋਸਤੋ। ਤੇ ਚਲੋ ਜੀ, ਅੱਜ ਗੱਲ ਕਰਦੇ ਆ ਕਿ ਫਿਲਮੀ ਲੋਕਾਂ ਤੇ। ਮੈਂ ਇੱਕ ਸ਼ੇਰ ਲਿਖਿਆ ਸੀ, ਕਹਿੰਦਾ ਕਲਮ ਕਿਸੇ ਦੀ, ਨਾਮ ਕਿਸੇ ਦਾ, ਜਾਨ ਕਿਸੇ ਦੀ, ਜਾਮ ਕਿਸੇ ਦਾ, ਮੇਰੀ ਕਲਮ ਦੇ ਸਾਰੇ ਦੁਸ਼ਮਣ, ਕਰਦਾ ਕੰਮ ਤਮਾਮ ਕਿਸੇ ਦਾ, ਪੜਦੇ ਤੇ ਜੋ ਲੋਕ ਨੇ ਧਰਮੀ ਉਹ ਲੁੱਟਣ ਭਗਵਾਨ ਕਿਸੇ ਦਾ, ਫਿਲਮੀ ਲੋਕ ਤੇ ਵੇਚਣਾ ਚਾਹੁੰਦੇ ਅੱਲਾ ਮੇਰਾ ਰਾਮ ਕਿਸੇ ਦਾ। ਕੁਦਰਤ ਦੀ ਮਿਹਰ ਦੇਖੋ ਭਾਈ, ਸਾਰੇ ਸ਼ੇਰ ਜਿੰਨੇ ਵੀ ਮੇਰੇ ਲਿਖੇ ਹੋਏ ਨੇ ਹਿੰਦੀ ਵਿੱਚ ਵੀ ਸੇਮ ਨੇ ਤੇ ਪੰਜਾਬੀ ਵਿੱਚ ਵੀ। ਇਹਨੂੰ ਜੇ ਹਿੰਦੀ ਵਿੱਚ ਬੋਲੀਏ, ਕਲਮ ਕਿਸੀ ਕੀ, ਨਾਮ ਕਿਸੀ ਕਾ, ਜਾਨ ਕਿਸੀ ਕੀ, ਜਾਮ ਕਿਸੀ ਕਾ, ਮੇਰੀ ਕਲਮ ਕੇ ਸਭ ਹੈ ਦੁਸ਼ਮਨ, ਕਰ ਦੂੰ ਕਾਮ ਤਮਾਮ ਕਿਸੀ ਕਾ, ਪਰਦੇ ਪੇ ਜੋ ਲੋਕ ਧਰਮੀ ਬੋਲ ਉਟੇ ਭਗਵਾਨ ਕਿਸੀ ਕਾ, ਫਿਲਮੀ ਲੋਕ ਤੋਂ ਵੇਚਣਾ ਚਾਹੇ ਅੱਲਾ ਮੇਰਾ ਰਾਮ ਕਿਸੀ ਕਾ। ਸਾਡੇ ਲੋਕਾਂ ਦੀ ਫਿਤਰਤ ਕੀ ਹੈ, ਲੋਕ ਜੀਂਦੇ ਜੀ ਬੰਦੇ ਨੂੰ ਪੁੱਛਦੇ ਨਹੀਂ, ਮਰਨ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਦਾ ਕਿ ਇਹ ਬੰਦਾ ਸਹੀ ਸੀ। ਹੁਣ ਇਹ ਸ਼ੇਰ ਕਿੱਦਾਂ ਸੱਚ ਹੈ, ਇਹਦਾ ਜਵਾਬ ਮੈਂ ਤੁਹਾਨੂੰ ਇਸ ਤਰ੍ਹਾਂ ਦਿੰਦਾ। ਕਿੰਨੇ ਐਕਟਰ ਕਿੰਨੇ ਤੁਸੀਂ ਦੇਖੇ ਆ, ਸਾਰੇ ਫੇਕ ਗੱਲਾਂ ਕਰਦੇ ਆ। ਇੱਕ ਬੰਦਾ ਚਾਰ ਸਿਗਰਟਾਂ ਫੂਕਣ ਵਾਲੇ ਕਾਲੇ ਦੇ, ਬਾਅਦ ਚ ਪੱਗ ਬਣਾ ਕੇ ਤੋਰੀ ਫਿਰਦਾ ਵਿੱਚ, ਦਿਖਾਉਣ ਲਈ ਲਓ ਜੀ ਕਾਲੇ ਨੇ ਫਲਾਨੇ ਦੇ ਕਹੇ ਤੇ ਪੱਗ ਬੰਨ ਲਈ। ਹੈਂ, ਉਹ ਜਿਹੜੀ ਪੱਗ ਬੰਨੀ ਆ ਉਹ ਬੰਦੇ ਦੀ ਕੀ ਮਾਨ ਮਰਿਆਦਾ ਕੁਛ ਹੈ, ਸਿਰਫ ਆਪਣੇ ਪੈਸੇ ਵਾਲੇ ਗੇਮ ਕਰਦੇ। ਤੇ ਸਾਡੇ ਪੰਜਾਬੀ ਆਹ ਦੇਖੋ ਜੀ, ਕਾਲੇ ਦੇ ਪੱਗ ਬਣਾ ਤੀ, ਕੀ ਪੱਗ ਬਣਾ ਕੇ, ਕੀ ਕਿੱਡਾ ਕੁ ਬੜਾ ਉਹਨੂੰ ਅਵਾਰਡ ਦਵਾ ਤਾ, ਜਾਂ ਕਿੱਡਾ ਕੁ ਬੜਾ ਮੱਲ ਮਾਰ ਲਈ। ਹੈਂ, ਇਸੇ ਦੇ ਦੂਜੇ ਪਹਿਲੂ ਤੇ ਜਾਈਏ, ਦੂਜੇ ਪੱਖ ਦੇਖੀਏ ਤਾਂ ਇੱਕ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਕਿਸੇ ਨੇ ਮੈਨੂੰ ਭੇਜੀ, ਚੈਨਲ ਦੇ ਓਨਰ ਨੇ, ਇਹ ਚੈਨਲ ਦਾ ਮਾਲਕ ਹੈ ਜੀ, ਇਹਨੇ ਵੀਡੀਓ ਭੇਜੀ ਆ। ਵੀਡੀਓ ਮੈਂ ਦੇਖੀ, ਜਦੋਂ ਵੀਡੀਓ ਦੇਖੀ ਤਾਂ ਉਹ ਪਿੰਡ ਦੀ ਉਹ ਸੱਥ ਦਿਖਾ ਰਿਹਾ ਇੱਕ ਦੀ, ਹੈਨਾ। ਪਰ ਜਿਹੜੇ ਕਹਿੰਦੇ ਕਲਮ ਕਿਸੇ ਦੀ, ਨਾਮ ਕਿਸੇ ਦਾ, ਪੜਦੇ ਤੇ ਜੋ ਲੋਕ ਨੇ ਧਰਮੀ ਉਹ ਲੁੱਟਣ ਭਗਵਾਨ ਕਿਸੇ ਦਾ, ਚਾਰ ਪੈਸਿਆਂ ਦੇ ਲਈ ਉਹ ਪਿੰਡ ਦੀ ਸੱਥ ਦਿਖਾ ਰਿਹਾ ਕਿ ਪਿੰਡ ਦੀ ਆ ਸੱਥ ਹੈ ਜੀ, ਇਹ ਪਿੰਡ ਦੇ ਲੋਕ ਬਹੁਤ ਖੁਸ਼ਹਾਲ ਨੇ, ਆਪਸ ਵਿੱਚ ਪਿੰਡ ਦੇ ਲੋਕਾਂ ਦਾ ਪਿਆਰ ਬਹੁਤ ਹੈ। ਇਹ ਭਾਈ ਸਾਹਿਬ ਜਿਹੜੇ ਸੱਥ ਤੇ ਬੈਠੇ ਬੋਲਦੇ ਨੇ, ਇਹਨਾਂ ਨੂੰ ਕਦੀ ਪੁੱਛਿਆ ਜਾਵੇ ਜਾ ਕੇ ਕਿ ਤੁਸੀਂ ਪਿੰਡ ਦੇ ਉਸ ਪਾਸੇ ਕਦੀ ਗਏ ਵੀ ਹੋ? ਇਸ ਪਿੰਡ ਵਿੱਚ ਪਹਿਲਾਂ ਤੋਂ ਲੈ ਕੇ ਦੁਸ਼ਮਣੀਆਂ ਅੱਜ ਤੱਕ ਚੱਲਦੀਆਂ ਆਈਆਂ, ਇਹ ਕਦੀ ਇਸ ਪਿੰਡ ਵਿੱਚ ਜੇ ਕੋਈ ਫਸ ਗਿਆ ਤਾਂ ਉਹਦਾ ਕੋਈ ਸਾਥ ਨਹੀਂ ਦਿੰਦਾ। ਸੱਚ ਇਸ ਕਹਾਣੀ ਦਾ ਇਹ ਹੈ, ਲੋਕਾਂ ਨੂੰ ਝੂਠ ਹੇਰਾ ਫੇਰੀਆਂ ਦਿਖਾ ਕੇ ਆਪਾਂ ਕੀ ਸਿੱਧ ਕਰਨਾ ਚਾਹੁੰਦੇ, ਹੈਨਾ। ਇਹ ਝੂਠ ਹੇਰਾ ਫੇਰੀਆਂ ਦੇ ਕਰਕੇ ਹੀ ਰੱਬ ਕਰੋਪੇ ਹੋਏ ਆ, ਇਹ ਜਿਹੜਾ ਅੰਤ ਹੋਣਾ ਨਾ ਇੱਦਾਂ ਦੇ ਬੰਦਿਆਂ ਨੇ ਕਰਾਉਣਾ। ਆਪਾਂ ਨੂੰ ਇਮਾਨ ਧਰਮ ਤੇ ਥੋੜਾ ਬਹੁਤਾ ਰਹਿਣਾ ਚਾਹੀਦਾ। ਇਹ ਭਾਈ ਸਾਹਿਬ ਜਿਹੜੇ ਵੀਡੀਓ ਦੇ ਵਿੱਚ ਬੋਲ ਰਹੇ ਨੇ, ਸਾਡੇ ਪਾਸਿਓਂ ਨੇ, ਸਾਡੇ ਹੀ ਭਰਾ ਨੇ, ਇਹ ਵਿਚਾਰੇ ਭੋਲੇ ਆ। ਇਹਨਾਂ ਨੂੰ ਕਹਿ ਕਹਾ ਕੇ ਇਸ ਪਿੰਡ ਦੇ ਵਿੱਚ ਇਹ ਬੰਦਾ ਸ਼ੂਟਿੰਗ ਕਰਨ ਗਿਆ ਸੀ ਤੇ ਇਹ ਵੀਡੀਓ ਬਣਾ ਲਈ, ਤੇ ਇਹਦੇ ਵਿੱਚ ਵੀਡੀਓ ਦੇ ਉਹ ਕਹਿ ਰਿਹਾ ਜਿਹੜਾ ਕਿ ਐਂਕਰ ਹੈ ਕਿ ਲੋਕ ਕਹਿੰਦੇ ਸਾਰਾ ਪੰਜਾਬ ਬਾਹਰ ਚਲ ਗਿਆ, ਆਹ ਦੇਖੋ ਤਾਂ ਹੈਗਾ ਹੀ ਆ, ਇਹ ਬੰਦੇ ਕਹਿ ਰਹੇ ਨਾ। ਪਰ ਉਹ ਪਿੰਡ ਦੇ ਵਿੱਚ ਕਦੀ ਜਾ ਕੇ ਸੱਚ ਪੁੱਛਿਆ ਗਿਆ ਵੀ ਉਹ ਜਿਹੜੀ ਦਰੀ ਵਿਛਾਈ ਹੈ ਨਾ, ਇਹਨਾਂ ਬਰਸਾਤਾਂ ਦੇ ਦਿਨ 'ਚ ਪਿੰਡ ਵਾਲੇ ਕਿਹੜੀ ਦਰੀ ਵਿਛਾਉਂਦੇ, ਨਾਲੇ ਚੱਕਣ ਵਾਲਾ ਕਿਹੜਾ ਹਿੰਮਤੀ ਆ, ਉਹ ਗੁਰਦੁਆਰੇ ਵਾਲੇ ਭਾਈ ਨੇ ਆ ਕੇ ਚੱਕੀ ਹੋਣੀ ਆ ਬਾਅਦ 'ਚ, ਹੈਨਾ। ਕਿੰਨੇ ਲੋਕ ਤੁਹਾਨੂੰ ਦੱਸਿਆ ਵੀ ਆਪਣੇ ਚਾਰ ਜਿਹੜੇ ਫੋਲੋਅਰ ਵਧਾਉਣ ਲਈ ਜਾਂ ਲਾਈਕ ਵਧਾਉਣ ਲਈ ਉਹ ਕਿੰਨੀਆਂ ਬੇਕਦਰੀਆਂ ਕਰੀ ਜਾਂਦੇ ਆ, ਕਾਲਿਆਂ ਦੇ ਪੱਗ ਬਣਾਈ ਜਾਂਦੇ, ਉੱਧਰ ਦੂਜੇ ਪਾਸੇ ਅਮਿਤਾਭ ਬੱਚਨ ਬਿਸਕੁਟ ਵੇਚੀ ਜਾਂਦਾ, ਕਦੀ ਉਹ ਤੇਲ ਵੇਚੀ ਜਾਂਦਾ, ਕਦੀ ਕੁਛ। ਮੈਨੂੰ ਲੱਗਦਾ ਥੋੜੇ ਦਿਨਾਂ ਬਾਅਦ ਉਹਨੂੰ ਵੀ ਡਾਕਟਰ ਬਣਾ ਦੇਣਾ, ਉਹਨੂੰ ਸਾਰੀ ਨੌਲੇਜ ਤਾਂ ਹੋਏ ਗਈ ਹੈ। ਫਿਰ ਇਹ ਜਿਹੜਾ ਓਨਰ ਹੈ, ਜਿਹੜਾ ਮਾਲਕ ਹੈ ਇਸ ਇਹਦੇ ਚੈਨਲ ਦਾ, ਉਹ ਮੈਨੂੰ ਬਾਅਦ 'ਚ ਕਹਿੰਦਾ ਸਾਡੇ ਪਿੰਡ ਵਾਲੇ ਵਿੱਚ ਫਿਰ ਵੀਡੀਓ ਪਾਈ ਦੁਬਾਰਾ ਕਿ ਪਿੰਡ ਵਾਲਿਆ ਦੇਖੋ ਸਟਾਰ ਬਣ ਗਏ। ਉਹ ਕਿੱਥੋਂ ਸਟਾਰ ਬਣ ਗਏ? ਜਿਨ੍ਹਾਂ ਦੀ ਮਦਦ ਕਰਨੀ ਆ ਤੂੰ ਕਰਨੀ ਨਹੀਂ, ਤੂੰ ਹੇਰਾ ਫੇਰੀਆਂ ਕਰਦਾ, ਕਹਾਣੀਆਂ ਇੱਧਰ ਦੀਆਂ ਸੁਣ ਕੇ ਉੱਧਰ, ਇਹ ਲੋਕ ਚਾਪਲੂਸੀਆਂ ਕਰ ਕਰਕੇ ਬਣੇ ਨੇ, ਹੈਨਾ। ਕਦੀ ਗਿੱਪੀ ਕੋਲ ਚਲ ਗਿਆ ਤੇ ਕਦੀ ਕਿਸੇ ਹੋਰ ਕੋਲ ਚਲ ਗਿਆ, ਅਦਰਵਾਈਜ਼ ਇਹਨਾਂ ਦਾ ਆਪਦਾ ਸਟੈਂਡ ਕੋਈ ਨਹੀਂ। ਅਸੀਂ ਜਦੋਂ ਸੱਚ ਬੋਲਦੇ ਹਾਂ ਕਈ ਲੋਕਾਂ ਨੂੰ ਸਾਡੀ ਗੱਲ ਬੁਰੀ ਲੱਗਦੀ ਆ, ਪਰ ਇਹ ਪੜ੍ਹ ਕੇ ਦੇਖੋ ਤੁਹਾਡੇ ਪਿੰਡਾਂ ਵਿੱਚ ਤੁਸੀਂ ਇਹ ਦੱਸੋ ਵੀ ਤੁਸੀਂ ਕਿਹੜਾ ਇੱਕ ਦੂਜੇ ਦਾ ਸਾਥ ਦਿੰਦਾ। ਅੱਜ ਕੱਲ੍ਹ ਸਕੇ ਸਾਥ ਨਹੀਂ ਦਿੰਦੇ, ਪਿੰਡ ਵਾਲਿਆਂ ਦਾ ਕਿਆ ਦੇਣਾ। ਸੱਥ ਦੇ ਵਿੱਚ ਇੰਨੀਆਂ ਜ਼ਿਆਦਾ ਉਹ ਖੁਸ਼ੀ ਦਿਖਾਈ ਜਾ ਰਹੀ ਹੈ, ਇੰਨਾ ਪਿਆਰ ਦਿਖਾਇਆ ਜਾ ਰਿਹਾ ਜਿਹੜਾ ਕਿ 100% ਝੂਠ ਔਰ ਫੇਕ ਹੈ।
ਜਿਹੜੇ ਬੰਦੇ ਇਸ ਜਗ੍ਹਾ ਤੇ ਬਹਿ ਕੇ ਤਾਸ਼ ਖੇਲਦੇ ਆ ਜਾਂ ਬਹਿੰਦੇ ਆ ਚਾਰ ਕੁ ਬੰਦੇ, ਉਹ ਬੰਦੇ ਇਸ ਵੀਡੀਓ ਦੇ ਵਿੱਚ ਹੈ ਹੀ ਨਹੀਂ, ਹਨਾ। ਤੇ ਐਂਕਰ ਬੜਬੜੀਆਂ ਗੱਪਾਂ ਮਾਰਦਾ ਤੇ ਇੱਥੋਂ ਇਹ ਸਿੱਧ ਹੋ ਜਾਂਦਾ ਕਿ ਫਿਲਮੀ ਲੋਕ ਤੇ ਵੇਚਣਾ ਚਾਹੁੰਦੇ, ਅੱਲਾ ਮੇਰਾ ਰਾਮ ਕਿਸੇ ਦਾ। ਇਸ ਕਰਕੇ ਅਸੀਂ ਥੋੜੇ ਜਿਹੇ ਲੋਕਾਂ ਨੂੰ ਆਗਾਹ ਕਰਦੇ, ਜਿਹੜੇ ਚੰਗੇ ਵਿਚਾਰੇ ਲੋਕ ਨੇ ਉਹਨਾਂ ਨੂੰ ਸੱਚ ਪਤਾ ਲੱਗੇ। ਪਹਿਲਾਂ ਤਾਂ ਅਸੀਂ ਸੱਚ ਸ਼ੁਰੂ ਕੀਤਾ, ਲੋਕ ਇਸ ਚੀਜ਼ ਨੂੰ ਸਮਝਣ। ਹੋਰ ਬਾਕੀਆਂ ਨਾਲ ਸਾਡਾ ਕੋਈ ਦੋਸ਼ ਨਹੀਂ ਜਾਂ ਉਹ ਨਹੀਂ ਹੈਗਾ, ਪਰ ਸੱਚ ਪਤਾ ਹੋਵੇ, ਸੱਚ ਫੈਲਾਈਏ। ਝੂਠ ਹੇਰਾ ਫੇਰੀ ਧੋਖਿਆਂ ਦੇ ਨਾਲ ਆਪਾਂ ਦੁਨੀਆਂ ਚਲਾਈ ਜਾਂਦੇ, ਪੈਸਾ ਹੀ ਸਭ ਕੁਛ ਹੋ ਗਿਆ ਤੁਹਾਡਾ, ਪੈਸਾ ਹੀ ਭਗਵਾਨ ਹੋ ਗਿਆ। ਇਹ ਚੀਜ਼ਾਂ ਗਲਤ ਨੇ। ਅਸੀਂ ਚੈਨਲ 'ਤੇ ਜਦ ਤੱਕ ਪਾਵਾਂਗੇ ਇਹੀ ਚੀਜ਼ਾਂ ਪਾਵਾਂਗੇ। ਅਤੇ ਇੱਕ ਚੈਨਲ ਨਵਾਂ ਅਸੀਂ ਸ਼ੁਰੂ ਕਰਨ ਲੱਗੇ ਹਾਂ, ਫਲੋਪ ਸਟਾਰਸ, ਉਹਦੇ ਬਾਰੇ ਵੀ ਵੀਡੀਓ ਪਾਉਂਦਾ ਜਲਦੀ। ਸੋ ਪਲੀਜ਼ ਅਸੀਂ ਹੁਣ ਇੱਕ ਦੋ ਦਿਨ ਦੇ ਵਿੱਚ ਇੱਕ ਵੀਡੀਓ ਛੱਡਿਆ ਕਰਾਂਗੇ। ਪਲੀਜ਼ ਲਾਈਕ ਕਮੈਂਟ ਸ਼ੇਅਰ ਕਰੋ। ਜਿੱਦਾਂ ਸਾਡੇ ਫੋਲੋਵਰ ਘਟਣ ਲੱਗ ਪਏ ਸੀ, ਉਹ ਪਲੀਜ਼ ਤੁਸੀਂ ਦੇਖੋ, ਸੱਚੇ ਬੰਦੇ ਹੀ ਆਓ, ਹੀਰਾ ਵੀ ਝੂਠ ਵਾਲੇ ਬੰਦੇ ਨਾ ਆਉਣ। ਬਹੁਤ ਮਿਹਰਬਾਨੀ।